ਕਿਉਂ ਇਕੱਠੇ ਹੋ ਗਏ ਹੁਣ ਸਾਰੇ ਆਉਣ ਸ਼ੋਅ ਤੇ ਇਕੱਠੇ ਹੋ ਕੇ ਆਉਂਦੇ ਹੁੰਦੇ ਸਾਰੇ ਨੈਟ ਦਾ ਵਾਈਫਾਈ ਲਾ ਲਓ ਕਨੈਕਸ਼ਨ ਇਜ਼ ਵੀਕ ਪਤਾ ਨਹੀਂ ਕੀ ਪ੍ਰੋਬਲਮ ਛੋਟੂ ਚਾਹ ਦੇ ਨਾ ਥੋੜੀ ਪੱਤੀ ਪਾਈ ਯਾਰ ਗਲ ਜਾ ਨਹੀਂ ਸੈੱਟ ਹਾਂ ਪੱਤੀ ਨਾ ਥੋੜਾ ਜਿਹਾ ਉਹ ਵਧੀਆ ਬਣਾਈ ਅਦਰਕ ਪਾਇਆ ਅੱਜ ਲਾਈ ਉਸਤਾਦ ਵਾਈਫਾਈ ਲਾ ਦਾ ਉਹ ਚੱਲ ਗਿਆ ਨਾ ਚੱਲ ਗਿਆ ਲਾਈ ਕੌਣ ਲੱਗ ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਸਾਰਿਆਂ ਦਾ ਕਿੱਦਾਂ ਕਹਿਮ ਹੋ ਤੇ ਹੈਲੋ ਸਰ ਸਨੀ ਬੈਂਸ ਪ੍ਰੀਤ ਸੋਨੀ ਇਨਸਾ ਹਰਵੀਰ ਸਿੱਧੂ ਕਿੱਦਾਂ ਭਾਅ ਜੀ ਹੋਰ ਆਉਣ ਦਿਓ ਹਿਮਾਂਸ਼ੂ ਸ਼ਰਮਾ ਕਿੱਦਾਂ ਮਨਕਿਰਤ ਭਾਅ ਜੀ ਮਨਕਿਰਤ ਭਾਅ ਜੀ ਵਧੀਆ ਜੀ ਮਨਕਿਰਤ ਭਾਅ ਜੀ ਇੱਕ ਨੰਬਰ ਚੜ੍ਹਦੀ ਕਲਾਸ ਥੋੜ੍ਹਾ ਤੁਹਾਨੂੰ ਪਤਾ ਕੋਲਡ ਜਿਹਾ ਹੋਇਆ ਪਿਆ ਦਹਿਸ਼ਤ ਅਤੇ ਕੱਲ੍ਹ ਨੂੰ ਮਿਲਦੇ ਹਾਂ ਜੀ ਤੁਹਾਨੂੰ ਸਾਰਿਆਂ ਨੂੰ ਆਪਾਂ ਲਾਈਵ 4 ਫਰਵਰੀ 2017 ਸ਼ਾਮ ਨੂੰ ਇੱਥੇ ਤਾਂ 5 ਲਿਖਿਆ ਗਲਤ ਲਿਖਿਆ ਆਪਣਾ 4:30 ਚਲੋ ਜੋ ਤੁਹਾਡਾ ਹੁਕਮ ਸਰਦਾਰ ਜੀ ਸਰਦਾਰ ਜੀ ਦਾ ਹੁਕਮ ਹੈ ਜੀ ਜੀ 4:30 ਵਜੇ ਮਨਕੀਰਤ ਔਲਖ ਕੱਲ੍ਹ 16 ਸੈਕਟਰ T20 ਕ੍ਰਿਕਟ ਟੂਰਨਾਮੈਂਟ ਆ ਅਤੇ ਹਰਿਆਣਾ ਗੌਰਮੈਂਟ ਵੱਲੋਂ ਆਉਣਾ ਅਤੇ T20 ਮੈਚ ਹੈ ਅਤੇ ਉੱਥੇ ਆਪਣਾ ਲੱਗਣਾ ਜੀ ਖੁੱਲ੍ਹਾ ਅਖਾੜਾ ਅਤੇ 4:30 ਵਜੇ ਹੁੰਮ ਹਮਾ ਕੇ ਕੱਲ੍ਹ 16 ਸੈਕਟਰ ਪਹੁੰਚਿਓ ਨੇੜੇ ਦੂਰੋਂ ਜਪਿੰਡਾਣਾ ਮੇਲਾ ਦਾ ਹਾਂ ਹੁਣ ਚੱਲ ਗਿਆ ਦੇ ਚਾਹ ਦਿਓ ਤੇ ਸਾਡਾ ਸੁੱਖ ਨਾ ਟੱਬਰ ਸਾਰਾ ਵੈਸ਼ਨੂੰ ਭੈਗ ਦੀ ਸ਼ਕੀਨ ਨਿਕਲੀ ਉਹ ਗੁਪਸ ਦੀ ਕਮੀਨ ਬੜੀ ਮੀਨ ਨਿਕਲੀ ਤੇ ਪੱਟ ਹੋਣੀ ਰੋਲੇ ਦੀ ਜ਼ਮੀਨ ਨਿਕਲੀ ਸੋ ਮੇਰੇ ਵੀਰ ਗੁਪ ਸਿਰੇ ਦਾ ਨਵਾਂ ਗਾਣਾ ਆਇਆ ਸਾਰਿਆਂ ਨੇ ਦੱਬ ਕੇ ਸੁਣਨਾ ਸ਼ੇਅਰ ਕਰਨਾ ਪ੍ਰਮੋਟ ਕਰਨਾ ਤੇ ਬਿਕੋਜ਼ ਅੱਤ ਬੰਦਾ ਘੈਂਟ ਬੰਦਾ ਤੇ ਦੂਜੇ ਪਾਸੋਂ ਜੀ ਗਾਣਾ ਰੈਡੀ ਹੋ ਰਿਹਾ ਵਿਚੋਲੇ ਵਾਲੇ ਮੁੰਡੇ ਕਮਲ ਖਹਿਰੇ ਦਾ ਵੀਡੀਓ ਕੀਤਾ ਆ ਭਲਵਾਨ ਡੂਮਛੇੜੀ ਹੋਣਾ ਨੇ ਮੇਰਾ ਮਤਲਬ